ਅਸਲਾਮ ਵਾਲੇਕੁਮ ਦੋਸਤੋ ਮਿੱਤਰੋ ਅਤੇ ਬਿੱਲੀਓ, ਕੀ ਹਾਲ ਚਾਲ ਹੈ? ਫਿੱਟ ਫਾਟ ਹੋ? ਤੁਹਾਡਾ ਭਰਾ ਜਨਾਬ ਅੱਜ ਦੀ ਫਲੈਟ ਸਾਡੀ ਅਤੇ ਜਨਾਬ ਪੈਕਿੰਗ ਕਰ ਰਹੇ ਸੀ ਆਪਾਂ, ਮੈਂ ਚਲੋ ਤੁਹਾਨੂੰ ਥੋੜ੍ਹੀ ਬਹੁਤ ਦਿਖਾ ਦਈਏ। ਚੈੱਕ ਕਰੋ ਜਨਾਬ, ਪੈਕਿੰਗ ਹੋ ਗਈ ਆਪਣੀ ਅਤੇ ਸਾਰਾ ਕੁਛ ਰੱਖ ਰੁੱਖ ਲਿਆ ਵਿੱਚ, ਐਂ ਨਾ ਸਾਰਾ ਆਪਣਾ ਓਕੇ ਕਰ ਸਾਰਾ ਓਕੇ ਕਰ ਲਿਆ। ਚਲੋ ਤੁਸੀਂ ਦੇਖੋ, ਚੈੱਕ ਕਰੋ ਜਨਾਬ, ਸਾਡੀ ਪੈਕਿੰਗ ਸਾਰੀ ਹੋ ਗਈ ਹੈ ਅਤੇ ਬੈਗ ਜੇਬ ਬੰਦ ਹੋ ਰਹੀ ਹੈ, ਗੱਡੀ ਦਾ ਵੇਟ ਹੋ ਰਿਹਾ। ਗੱਡੀ ਵਾਲਾ ਜਨਾਬ ਤੁਹਾਨੂੰ 8 ਵਜੇ ਦਾ ਗਿਆ ਸੀ ਜਨਾਬ, ਦੇਖੋ ਜੀ 8 ਵੱਜ ਗਏ ਅਤੇ ਗੱਡੀ ਵਾਲਾ ਅਜੇ ਤੱਕ ਨਹੀਂ ਆਇਆ, ਸਾਰੇ ਝੂਠ ਬੋਲਦੇ ਨੇ, ਸਹੀ ਹੋ ਗਿਆ। ਅਤੇ ਜਨਾਬ ਸਾਡਾ ਬੈਗ ਜੇਬ ਬੰਦ ਹੋਈ, ਤੁਹਾਡਾ ਪੂਰਾ ਤਿਆਰ ਸ਼ਰ ਹੋ ਗਿਆ, ਰੈਡੀ ਹੋ ਗਿਆ, ਓਕੇ ਹੋ ਗਿਆ ਸੀਗਾ, ਤਾਂ ਉਹਦੀ ਸੈਲਫੀ ਸਭ ਓਕੇ ਹੋ ਗਿਆ। ਗੱਡੀ ਦਾ ਵੇਟ ਹੋ ਰਿਹਾ ਸੀ ਜਨਾਬ, ਤੁਹਾਡਾ ਭਰਾ ਨਾ ਬੈਗ 'ਚ ਜਾ ਰਹੇ, ਤਿਆਰ ਸ਼ਰ ਹੋ ਗਏ ਸੀ ਆਪਾਂ, ਓਕੇ ਵੱਜ ਗਿਆ ਸੀਗਾ, ਗੱਡੀ ਵਾਲਾ ਆ ਗਿਆ, ਕਹਿੰਦੇ ਮੈਂ ਚਲੋ ਚੱਲੀਏ ਜਨਾਬ, ਗੱਡੀ 'ਚ ਬਹਿ ਗਈਆਂ ਜਾ ਰਹੇ ਹਾਂ। ਚੈੱਕ ਕਰੋ ਰਾਤ ਦਾ ਨਜ਼ਾਰਾ ਸਾਡੇ ਨਾਲ, ਇਹ ਜੀ ਚੌਕੀ ਤੋਂ ਜਾ ਰਹੇ ਸੀ ਮੋਟਰਵੇ ਨੂੰ, ਮੋਟਰਵੇ ਤਰਫ ਨਾ ਜਨਾਬ, ਬਿਆਲੀ ਤੋਂ ਜਾ ਰਹੇ ਸੀ ਰਾਸਤੇ 'ਚ, ਕਹਿੰਦੇ ਯਾਰ ਖਾਣੇ ਦਾ ਸਮਾਨ ਰਾਜ ਲੈਣਾ ਮੈਂ ਸੀਗਾ, ਠੀਕ ਹੋ ਗਿਆ ਜਨਾਬ, ਗਾਣਾ ਲਾਹਾ ਥੱਲੇ ਨਾ, ਉਹਦਾ ਨਾਮ ਨਹੀਂ ਮੈਨੂੰ ਆ ਰਿਹਾ, ਸ਼ਫਾਉ ਲਾ ਦਾ। ਅਤੇ ਜਨਾਬੇ ਵਾਲੇ ਉੱਥੇ ਉੱਪਣੇ, ਕਹਿੰਦੇ ਖਾਣ ਵਾਲਾ ਸਮਾਨ ਲਿਆ, ਚਲੋ ਲੈ ਲਓ ਜਨਾਬ, ਗੱਡੀ ਰੋਕੀ ਆ, ਉਤਰੇ ਆ ਤਿੰਨੇ। ਅਤੇ ਜਨਾਬੇ ਵਾਲੀ ਇਹ ਨਾ ਉਤਰ ਕੇ ਇਹਨਾਂ ਨੇ ਵਾਹਵਾ ਨੇ 2 ਦਿਨ ਸ਼ਾਪਰ ਭਰ ਲਏ, ਜਾਂ ਅੱਜ ਹੀ ਸਾਰਾ ਖਾਣਾ, ਬਿੱਲਾ ਸਾਹਿਬ ਪਾਣੀ ਦੀਆਂ ਬੋਤਲਾਂ ਫੜ ਰਹੇ ਹੈ, ਅਤੇ ਠੀਕ ਹੋ ਗਿਆ ਉਹ ਆਪਣਾ। ਚੈੱਕ ਕਰੋ ਜੀ, ਤੁਹਾਡੇ ਭਰਾ ਲਸ਼ ਪਸ਼ ਹੋਇਆ ਸੀਗਾ ਅਤੇ ਸਾਰਾ ਉਜੜਾ ਜੜ ਗਿਆ ਵਾ। ਅਤੇ ਜਨਾਬ ਉਹ ਗੱਡੀ ਮੋਟਾ ਬੈਠਾ ਸੁੱਕੜੇ ਮਾਰ ਰਿਹਾ ਡਿਲੈਵਰ ਜਿਹੜਾ ਸਾਡਾ, ਤਾਂ ਹੈ ਤੁਹਾਡੇ ਭਰਾ ਜੀ, ਚੈੱਕ ਕਰ ਲਓ ਜੀ ਆਪਣੇ ਭਰਾ ਨੂੰ, ਪਾਕਿਸਤਾਨ ਦੇ ਵਿੱਚ ਆ ਹੋਏ ਰਾਹ ਦੇ ਆਪਣੇ। ਅਤੇ ਜਨਾਬ ਵਾਲੀ ਦੇਖੋ, ਹੋਰ ਦੇਖੋ, ਚੈੱਕ ਕਰੋ, ਉਮਰ ਸਾਹਿਬ ਸਮਾਨ ਖਰੀਦ ਰਹੇ ਨਾ, ਵਾ 3-4 ਹਜ਼ਾਰ ਨਾ ਸਮਾਨ ਇਕੱਠਾ ਕਰ ਲਿਆ ਹੋਇਆ, ਪਾਣੀ ਸ਼ਾਣੀ ਪਾਪੜ ਸ਼ਾਪੜ ਲਏ ਸੀ, ਉਹਦਾ ਆਪਾਂ ਥੋੜ੍ਹੀ ਗਰੇਜ ਕਰੀ ਦੀ ਜਲੇ ਦਾ ਸ਼ਾਇਦ ਨਾ। ਅਤੇ ਜਨਾਬ ਤੁਹਾਨੂੰ ਇੱਕ ਰਿਵਿਊ ਦਿੰਦੇ ਹਾਂ ਮਿੱਠੀ ਸ਼ਾਹ ਦਾ, ਚੈੱਕ ਕਰੋ। ਉਹ ਰਹੀ ਉਹ ਜਨਾਬ ਗੱਡੀ 'ਚ ਬਹਿ ਗਏ ਜਨਾਬ, ਮੋਟਰ ਉਹਦੇ ਵੱਲ ਜਾ ਰਹੇ ਹਾਂ ਅਸੀਂ ਟੂਲ ਪਲਾਜ਼ੇ ਵੱਲ ਨੂੰ, ਸਹੀ ਹੈ ਸਾਰਾ ਸਿਆਲ ਮੋੜ ਟੂਲ ਪਲਾਜ਼ਾ ਹੈ। ਅਤੇ ਚੈੱਕ ਕਰੋ ਜਨਾਬ ਯਾਰ, ਟੂਲ ਪਲਾਜ਼ਾ ਆਉਣ ਗਏ ਅਤੇ ਐਪਲੋਸ ਜਿਹੜਾ ਰੈਕਸ਼ਾ ਅਗਰ ਲੱਗੇ ਨਾ ਕਰਾ ਸਕੇ, ਟੂਲ ਪਲਾਜ਼ਾ, ਟੂਲ ਪਲਾਜ਼ਾ ਇੰਟਰ ਹੋਵਾਂਗੇ, ਫਿਰ ਤੁਹਾਨੂੰ ਮਿਲਾਂਗੇ ਸੁੱਖੀ ਕੀ ਜਾ ਕੇ। ਮਾਮੂ ਨੇ ਕਹਿੰਦੇ ਜਨਾਬ ਰੋਟੀ ਖਾਣੀ ਆ ਸੁੱਖੀ ਕੀ ਜਾ ਕੇ, ਮੈਂ ਕਿਹਾ ਠੀਕ ਹੋ ਗਿਆ ਜਨਾਬ ਵਾਲੀ, ਇਹ ਵੀ ਆ ਸਾਡੇ ਪੱਲੇ ਪੈਣੀ ਸੁੱਖੀ ਕੀ ਰੋਟੀ ਵੀ ਨਾ। ਅਤੇ ਮੈਂ ਚਲੋ ਜੀ ਠੀਕ ਹੋ ਗਿਆ, ਟੂਲ ਪਲਾਜ਼ਾ ਕ੍ਰੋਸ ਕਰਦੇ ਨਾਲ ਹੀ ਸੁੱਖੀ ਕੇ ਤੁਹਾਨੂੰ ਮਿਲਾਂਗੇ ਜਾ ਕੇ। ਟੂਲ ਪਲਾਜ਼ਾ ਆ ਗਿਆ ਜਨਾਬ ਵਾਲੀ, ਪਰਚੀ ਲੈਣੀ ਕੋਈ ਨਹੀਂ, ਕਿਉਂ ਇਹਨਾਂ ਨੇ ਪਤਾ ਨਹੀਂ ਕੀ ਲਾਇਆ, ਸੈਟਅਪ ਕੋਈ ਲਗਾਇਆ ਸਾਨੂੰ, ਸਾਨੂੰ ਡੰਡਾ ਜਾਂ ਤਾਂ ਚੁੱਕਣਾ ਸੀ, ਤੁਰ ਪੈਣਾ ਜਨਾਬ ਵਾਲੀ, ਚੈੱਕ ਕਰੋ ਡੰਡਾ ਜਾ ਚੁੱਕਿਆ ਉਹਨੇ, ਤਾਂ ਸੁੱਖੇ ਵੀ ਵੱਟ ਕਰਾਈ ਦੇ ਬੈਠੇ ਜਨਾਬ ਵਾਲੀ, ਚੈੱਕ ਕਰੋ ਤੁਹਾਡਾ ਭਰਾ ਨੇ ਭਲ ਖਾਧਾ ਪੀਤਾ ਕੁਝ ਵੀ ਨਹੀਂ ਆਇਆ ਇੱਥੋਂ, ਸਹੀ ਹੋ ਗਿਆ। ਅਤੇ ਜਨਾਬ ਵਾਲੀ ਏਅਰਪੋਰਟ 'ਤੇ ਚੈੱਕ ਕਰੋ ਜਨਾਬ, ਮਾਮਾ ਸਾਡਾ ਆ ਗਿਆ ਜਨਾਬ, ਮਾਮਾ ਸਾਡਾ ਚੰਗਾ ਹੈ, ਠੀਕ ਹੈ ਵੀ ਚੜਾਉਣਾ, ਕਹਿੰਦਾ ਮੈਂ ਚੜਾਉਣ ਜਾਣਾ, ਮੈਂ ਕਿਹਾ ਚਲੋ ਆਇਓ ਜਨਾਬ ਵਾਲੀ, ਅਲੱਗ ਗੱਡੀ 'ਤੇ ਅਸੀਂ ਲੱਗਦੇ ਸੀਗੇ। ਅਤੇ ਨਾਲ ਛੋਟਾ ਚੈੱਕ ਕਰੋ ਜਨਾਬ ਵਾਲੀ, ਇਹ ਸਾਡੇ ਲਾਹੌਰ ਦਾ ਏਅਰਪੋਰਟ ਚੈੱਕ ਕਰੋ, ਬਹੁਤ ਹੀ ਖੂਬਸੂਰਤ ਆ, ਇੱਕੋ ਇੱਕ ਏਅਰਪੋਰਟ ਲੋਤਾ ਏਅਰਪੋਰਟ ਆ ਸਾਡੇ ਲਾਹੌਰ ਦਾ ਨਾ। ਅਤੇ ਜਨਾਬ ਵਾਲੀ ਬਹੁਤ ਪੁਰਾਣਾ ਵਾ, ਮਸਲਾ ਸੋਹਣਾ ਵੇ ਜਿੱਦਾਂ ਦਾ ਵੀ ਹੈ। ਅਤੇ ਜਨਾਬ ਵਾਲੀ ਇੱਕ ਹੋਰ ਤੁਹਾਨੂੰ ਨਿਗਾਹ ਪਵਾ ਦੀ, ਮੈਂ ਆਖਰੀ ਵਾਰ ਦੀ ਤਾਂ ਚੈੱਕ ਕਰੋ ਜਨਾਬ ਵਾਲੀ, ਅਸੀਂ ਟਿਕਟ ਉਹਦਾ ਇੰਤਜ਼ਾਰ ਕਰ ਰਹੇ ਹਾਂ ਜਨਾਬ ਵਾਲੀ, ਫਲਾਈਟ ਦਾ, ਫਲਾਈਟ ਦੇ ਕੋਈ ਨਹੀਂ ਬੋਰਡਿੰਗ ਸ਼ੁਰੂ ਨਹੀਂ ਹੋਈ ਹੈ। ਅਤੇ ਜਨਾਬ ਵਾਲੀ ਸਾਰੇ ਵੇਟ ਬੈਠੇ ਆਪਣੇ ਮੋਬਾਈਲਾਂ ਨੂੰ ਚਲਾ ਰਹੇ ਨੇ, ਸਹੀ ਹੋ ਗਿਆ। ਇਹ ਚੈੱਕ ਕਰੋ ਜੋੜੇ ਮਾਮੇ ਦੇ, ਚੈੱਕ ਕਰੋ ਨੋ ਪਾਰਕਿੰਗ ਆਪਸ਼ਨ ਲੱਗਾ, ਤੁਹਾਡਾ ਬਰਾਫੀ ਐਂ ਵਾਲੇ ਹੱਥ ਮਾਰਦੇ ਆ ਗਿਆ ਫਰੰਟ ਸਾਈਡ 'ਤੇ, ਫਰੰਟ ਸਾਈਡ 'ਤੇ ਆ ਗਏ ਜਨਾਬ ਵਾਲੀ। ਮੈਂ ਤੁਸੀਂ ਮੁੱਕਰ ਨਾ ਜਾਓ, ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਵੀ ਕਰਦੇ ਕਰੋ, ਲਾਈਵ ਵੀ ਕਰਦੇ ਕਰੋ, ਸਾਰਾ ਕੁਛ ਹੋ ਗਿਆ ਜਨਾਬ ਵਾਲੀ, ਅਸੀਂ ਨਾ ਹੁਣ ਜਾ ਰਹੇ ਸੀਗੇ। ਆਹ ਚੈੱਕ ਕਰੋ ਜਨਾਬ ਵਾਲੀ, ਸੈਲਫੀ ਲੈ ਲਈ, ਰੋਸ਼ਨੀ ਅੱਛੀ ਆ। ਆਹ ਚੈੱਕ ਕਰੋ, ਇਹ ਵੋਟਾਂ ਨਹੀਂ ਪੈਂਦੀਆਂ, ਪੀਡੀਏ ਦਾ ਨੋਨ ਲਿਖਦੀਆਂ, ਇੱਦਾਂ ਲੈਣ ਲੱਗੀ ਹੈ ਬੁਰੀ ਅੱਗੇ ਨਾ। ਅਤੇ ਥੱਲੇ ਨਜ਼ਾਰਾ ਲਓ ਜੀ, ਥੱਲੇ ਰੋਸ਼ਨੀ ਅੱਛੀ ਹੈ, ਬੰਦੇ ਨਹੀਂ ਕਿ ਨਹੀਂ ਲੱਗਣ ਡੇ, ਹਾਲੇ ਜਹਾਜ਼ 'ਚ ਨਹੀਂ ਬੈਠੇ, ਜਹਾਜ਼ 'ਚ ਵੜਨ ਦੇ ਸੀ ਜਨਾਬ ਵਾਲੀ। ਹੋਰ ਚੈੱਕ ਕਰੋ ਜੀ, ਥੱਲੇ ਤੋਂ ਕਿਹੜਾ ਸੋਹਣਾ ਲੱਗ ਰਿਹਾ ਜਨਾਬ ਵਾਲੀ, 3-5 ਮਿੰਟ ਸਿਰਫ ਫਲੈਟ ਉੱਡ ਗਈ ਸੀਗੀ। ਅਤੇ ਜਨਾਬ ਵਾਲੀ ਜਾ ਰਹੇ ਹਾਂ ਜੀ ਰਾਤੋਂ ਰਾਤ ਸਾਊਦੀ ਆ, ਠੀਕ ਹੈ, ਸਾਨੂੰ ਨਾ ਸੂਰਜ ਸਾਊਦੀ ਨਿਕਲਣਾ, ਉਹ ਹੀ ਗੱਲ ਹੋ ਗਈ ਜਨਾਬ, ਸੂਰਜ ਸਾਊਦੀ ਨਿਕਲਿਆ ਵਾ। ਅਤੇ ਤੁਹਾਡਾ ਭਰਾ ਭਾਈ ਸਾਹਿਬ ਅੱਖਾਂ ਉੱਖਾਂ ਪੁੱਟੀਆਂ, ਚੈੱਕ ਕਰੋ ਜਨਾਬ ਵਾਲੀ, ਮੈਂ ਤਸਵੀਰ ਸਹੀ ਆ ਨਹੀਂ ਸਹੀ ਹੈਗੀ ਜਨਾਬ ਵਾਲੀ, ਅੱਜ ਰੋਸ਼ਨੀ ਨਾ ਉਧਰ ਸੂਰਜ ਨਿਕਲਿਆ ਸੀਗਾ, ਉਧਰੋਂ ਜਨਾਬ ਵਾਲੀ ਅੰਧੇਰਾ ਸੀਗਾ, ਸਹੀ ਆ ਨਹੀਂ। ਦਮਾਮ ਚੈੱਕ ਕਰੋ, ਲੈਂਡਿੰਗ ਹੋਣ ਲੱਗੀ ਜਨਾਬ ਸਾਡੀ ਨਾ, ਅਤੇ ਦਮਾਮ ਚੈੱਕ ਕਰੋ, ਉੱਥੋਂ ਰੇਤ ਰੇਤ ਨਜ਼ਰ ਆ ਰਹੀ, ਤਾਂ ਵੱਡਾ ਭਾਈ ਇੰਤਜ਼ਾਰ 'ਚ ਖੜ੍ਹੇ ਤੋਂ ਲੈਣ ਆ ਗਏ ਨੇ। ਅਤੇ ਜਨਾਬ ਘਰ ਜਾਵਾਂਗੇ, ਆਰਾਮ ਕਰਾਂਗੇ, ਨਾਵਾਂ ਤਾਂ ਫਰੈਸ਼ ਹੋਵਾਂਗੇ, ਫਿਰ ਨਮਾਜ਼ ਰੋਜ਼ਾ ਕਰਿਆ ਕਰੋ ਆਪਣਾ, ਠੀਕ ਹੈ, ਤੁਹਾਨੂੰ ਘਰ ਜਾ ਕੇ ਮਿਲਾਂਗੇ। ਅਤੇ ਅਗਲਾ ਵਲੋਗ ਅਸੀਂ ਸੋਧੇ ਬਣਾਵਾਂਗੇ ਇਨਸ਼ਾਅੱਲਾ। ਅਤੇ ਆਪਣਾ ਖਿਆਲ ਰੱਖੋ, ਦੁਆਵਾਂ ਯਾਦ ਰੱਖਿਓ, ਅੱਲਾਹ ਹਾਫਿਜ਼।